ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਸ਼ਬਦੀ ਵਾਰ ਕੀਤੇ ਨੇ। ਉਨ੍ਹਾਂ ਕਿਹਾ ਕਿ ਮੋਦੀ ਨੇ ਸਰਕਾਰ ਨੂੰ ਵਪਾਰ ਬਣਾ ਦਿੱਤਾ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕ ਹਿੱਤ ਭੁੱਲ ਚੁੱਕੀ ਹੈ। ਉਹ ਅੱਜ ਬੱਸੀ ਪਠਾਣਾ ਹਲਕੇ ਦੇ ਵਿੱਚ ਉੱਚਾ ਪਿੰਡ ਦੇ ਵਿੱਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੇ ਖਿਲਾਫ ਕੀਤੇ ਰੋਸ ਵਿਖਾਵੇ ਦੇ ਮੌਕੇ ਦੇ ਉੱਤੇ ਸੰਬੋਧਨ ਕਰ ਰਹੇ ਸਨ। ਦੇਖੋ, ਜਿਸ ਤਰ੍ਹਾਂ ਮੋਦੀ ਸਾਹਿਬ ਦੀ ਸਰਕਾਰ ਦੀ ਗਲਤ ਨੀਤੀਆਂ ਨੂੰ ਚੱਲ ਕੇ ਅੱਜ ਕਿਸਾਨ ਹਰੇਕ ਵਰਗ ਦੇ ਉੱਤੇ ਜਿਹੜਾ ਬੋਝ ਪਿਆ ਤੇਲ ਦੀ ਵਧੀਆਂ ਕੀਮਤਾਂ ਨੂੰ ਲੈ ਕੇ, ਉਹਦੇ ਖਿਲਾਫ ਅੱਜ ਆ ਮੁਜ਼ਾਹਰਾ ਸਾਡਾ ਸਟੇਟ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਬਲਾਕ ਲੈਵਲ ਤੇ, ਉਹਦੇ ਬਾਅਦ ਹੁਣ ਪਿੰਡੋ ਪਿੰਡ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਮੋਦੀ ਸਾਹਿਬ ਦੀ ਗਲਤ ਨੀਤੀਆਂ ਨੂੰ ਲੈ ਕੇ ਅੱਜ ਕਿਸਾਨ ਦੇ ਉੱਤੇ ਬੋਝ ਪੈ ਰਿਹਾ। ਜਿਹੜਾ ਪਿਛਲੇ ਸਾਲ ਤੋਂ ਲੈ ਕੇ ਹੁਣ ਤਾਂ ਹੀ ਡੀਜ਼ਲ ਦੇ ਰੇਟ ਕਰੀਬਨ 15 ਰੁਪਈਏ ਵਧ ਗਏ, ਅਤੇ ਹੁਣ ਜਦੋਂ ਝੋਨੇ ਦੀ ਬੁਆਈ ਦਾ ਸਮਾਂ, ਉਸ ਸਮੇਂ 'ਚ ਤੁਸੀਂ ਮੰਨ ਕੇ ਚੱਲੋ 100 ਲੀਟਰ ਤੋਂ ਲੈ ਕੇ 125 ਲੀਟਰ ਪਰ ਏਕੜ ਦੇ ਮਗਰ ਤੇਲ ਜਿਹੜਾ ਕਿਸਾਨ ਦਾ ਲੱਗਦਾ, ਉਹਦੇ ਉੱਤੇ ਕਰੀਬਨ 1500 ਲੈ ਕੇ 1800 ਰੁਪਈਏ ਪਰ ਏਕੜ ਦਾ ਬੋਝ ਮੋਦੀ ਸਾਹਿਬ ਨੇ ਜਿਹੜਾ ਪਾਇਆ ਉਹਦੇ ਖਿਲਾਫ, ਅਤੇ ਆਹੀ ਮੋਦੀ ਸਰਕਾਰ ਹੈ ਜਿਹੜੀ ਧਰਨੇ ਲਾ ਕੇ ਜਦੋਂ 40 ਰੁਪਈਏ ਲੀਟਰ ਤੇਲ ਅਤੇ ਡੀਜ਼ਲ ਸੀਗਾ ਡਾਕਟਰ ਮਨਮੋਹਨ ਸਿੰਘ ਦੇ ਸਮੇਂ, ਉਦੋਂ ਮੋਦੀ ਸਾਹਿਬ ਧਰਨੇ ਲਾ ਰਹੇ ਸੀ, ਜੇਲ੍ਹ ਭਰੋਂ ਅੰਦਰ ਨੂੰ ਚਲਾ ਰਹੇ ਸੀ। ਇਸ ਬਹਿਰੀ ਸਰਕਾਰ ਨੂੰ ਕਿਸਾਨ ਦੀ ਅਤੇ ਦੇਸ਼ ਦੇ ਗਰੀਬਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਆ ਇੱਥੇ ਧਰਨਾ ਲਾਇਆ, ਅਤੇ ਜੇ ਮੋਦੀ ਸਾਹਿਬ ਭੱਜਦੇ ਆਪਣੀ ਜ਼ਿੰਮੇਵਾਰੀ ਤੋਂ, ਕਿਉਂਕਿ ਕਿਸਾਨਾਂ ਪ੍ਰਤੀ ਜ਼ਿੰਮੇਵਾਰੀ ਬਣਤੀ ਹੈ ਸਰਕਾਰ ਦੀ, ਇਹਨਾਂ ਨੇ ਉਹਦੇ ਖਿਲਾਫ ਸਾਡਾ ਸੰਘਰਸ਼ ਹੈ, ਉਹ ਜੇ ਹੱਥ ਖੜੇ ਕਰ ਦੇਣਗੇ, ਅਸੀਂ ਤਾਂ ਪੰਜਾਬ ਨੂੰ ਪਹਿਲਾਂ ਹੀ ਅਕਾਲੀਆਂ ਨੇ ਮਾਰ ਰੱਖਿਆ, 2.5 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਏ ਹੈ, ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹਾਂ। ਸੁਨੀਲ ਜਾਖੜ ਨੇ ਕਿਹਾ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਦੇ ਨਾਲ ਕੇਂਦਰ ਸਰਕਾਰ ਸਾਲਾਨਾ 3 ਲੱਖ ਕਰੋੜ ਦੀ ਕਮਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਪਾਰੀ ਬਣ ਕੇ ਸਰਕਾਰ ਚਲਾ ਰਹੇ ਨੇ, ਜਦਕਿ ਸਰਕਾਰ ਦੇ ਲਈ ਲੋਕ ਭਲਾਈ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭੱਟ ਦੀ ਰਿਪੋਰਟ।